ਇਹ ਤੇ ਇਹ ਰੱਖ ਲਿਆ ਹੈ ਨਾ ਸੋ ਭਰਾਵੋ ਇੱਧਰ ਆਏ ਆ ਸਾਈਡ ਤੇ ਨਹਾਉਣ ਨੂੰ ਆਏ ਸੀ ਉੱਥੇ ਤਾਂ ਰੇਂਜ ਰੋਜ ਦੀ ਆ ਗਈ ਪ੍ਰੋਬਲਮ ਜਿਆਦੇ ਥੋੜੀ ਜੀ ਹਾਂ ਹੁਣ ਸੌਤਾ ਕੰਮ ਉੱਥੇ ਮੜੀ ਬਾਜਬੂਝ ਦੱਸ ਦਿਓ ਕਿਵੇਂ ਸਹੀ ਆ ਗੱਲਬਾਤ ਕਰਨੀ ਆਪਾਂ ਜ਼ਰੂਰੀ ਇੱਕ ਦੱਸ ਦਿਓ ਇੱਕ ਮਿੰਟ ਕਮਲ ਜੀ ਦੀ ਬਾਤ ਸਹੀ ਆਉਂਦੀ ਆ ਮੜਾ ਇੱਕ ਬੰਦਾ ਦਾ ਦੋ ਮੇਰਾ ਭਰਾ ਵੀ ਬਾਜ ਬਾਈ ਸਹੀ ਆਉਂਦੀ ਆ ਫਿਰ ਆਪਾਂ ਗੱਲ ਆਪਦੀ ਸ਼ੁਰੂ ਕਰਾਂਗੇ ਬੰਦ ਕਰ ਦੇ ਤਰੋਂ ਸਾਰਾ ਕੋ ਟਿਕ ਟਿਕ ਨਾ ਕੁਝ ਵੀ ਨਾ ਹੋਵੇ ਪ੍ਰੋਬਲਮ ਨਾ ਆਵੇ ਵਿੱਚ ਫਿਰ ਗੱਲ ਘੱਟੀ ਜਾਂਦੀ ਆ ਸਵਾਦ ਨਹੀਂ ਆਉਂਦਾ ਬਾਈ ਜੀ RAM RAM ਹਾਂ ਥੈਂਕ ਯੂ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ RAM RAM ਨਮਸਤੇ ਅਦਾਬ ਅਸਲਾਮ ਵਾਲੇਕੁਮ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਕੋਸ਼ਣਾ ਥੋੜੀ ਨਰਾਸ਼ਤਾ ਜਿਵੇਂ ਆਪਾਂ ਕਹਿ ਦਈਏ ਸਾਡੇ ਲੋਕਾਂ ਦੇ ਵਿੱਚ ਕੁਝ ਤਾਂ ਜਿਹੜੇ ਪੰਜਾਬ ਬੈਠੇ ਉਹ ਹੀ ਫਲਾਈ ਜਾਂਦੇ ਆ ਤੇ ਕੁਝ ਆਪਾਂ ਕਹਿ ਦਈਏ ਵੀ ਕੱਲ ਸਾਡੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਮੀਟਿੰਗ ਵੀ ਕਿਦਾਂ ਸੀ ਉਹਨਾਂ ਨੇ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਕਿਵੇਂ ਵੀ ਅਧੀਆਂ ਜਥੇਬੰਦੀਆਂ ਨੂੰ ਸੱਦਾ ਦੇਤਾ ਅਧੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਨਹੀਂ ਉਹ ਕਾਰਨ ਕੀ ਵੀ ਜੇ ਆਪਾਂ ਅਧੀਆਂ ਨੂੰ ਸੱਦਾਂਗੇ ਤਾਂ ਜਿਹੜਾ ਇਹ ਪਾਟਣਗੇ ਜਿਵੇਂ ਹੁਣ ਆਪਾਂ ਜਗਿੰਦਰ ਪਹਿਲੇ ਦਿਨ ਜਿੱਦਾਂ ਆਪਾਂ ਆਏ ਆ ਜਗਿੰਦਰ ਸਿੰਘ ਉਹ ਗਰਾਹਾਂ ਨੂੰ ਫੋਨ ਆਉਣਾ ਤੇ ਦੂਜਿਆਂ ਨੂੰ ਨਹੀਂ ਆਉਣਾ ਤਾਂ ਉੱਥੇ ਵੀ ਇੱਕ ਸਾਨੂੰ ਪਾੜਨ ਵਾਲੀ ਨੀਤੀ ਸੀਗੀ ਤੇ ਸੈਂਟਰ ਗਵਰਨਮੈਂਟ ਨੂੰ ਪਤਾ ਸੀ ਵੀ ਅੱਜ 9 ਤਰੀਕ ਤੇ ਜਿਹੜੇ ਲੋਕਾਂ ਦੀਆਂ ਉਮੀਦਾਂ ਜਾਂ ਇੱਕ ਆਸ ਟਿਕੀ ਹੋਈ ਆ ਵੀ 9 ਤਰੀਕ ਨੂੰ ਕੋਈ ਨਾ ਕੋਈ ਫੈਸਲਾ ਸਾਡੇ ਹੱਕ ਚ ਆਊਗਾ ਇਹਨਾਂ ਨੇ ਕੀ ਕੀਤਾ ਪਹਿਲਾਂ ਇੱਕ ਦਿਨ 7 ਵਜੇ ਕੱਲ ਯਾਨੀ ਕਿ ਇੱਕ ਦਿਨ ਪਹਿਲਾਂ ਮੀਟਿੰਗ ਬੁਲਾ ਕੇ ਅੱਧੀਆਂ ਕਿ ਜਥੇਬੰਦੀਆਂ ਦੀ ਵੀ ਲੋਕਾਂ 'ਚ ਇੱਕ ਨਿਰਾਸ਼ਤਾ ਜਾਵੇ ਵੀ ਹਰ ਇਹਦਾ 파ਟ ਗਏ ਜਾਂ ਕਿਦਾਂ ਵੀ ਇੱਥੇ ਨੈਟਵਰਕ ਵੀ ਘਟਾ ਤਾਂ ਜੋ ਇੱਥੋਂ ਜਿਹੜੀ ਕੋਈ ਗੱਲ ਆ ਉਹ ਬਾਹਰ ਨਾ ਜਾ ਸਕੇ ਤੇ ਅਸੀਂ ਵੀ ਇੱਥੇ ਬਾਹਰ ਆ ਕੇ ਲਾਈਵ ਇਸੇ ਕਰਕੇ ਹੋਇਆ ਲਾਈਵ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਵੀ ਇਸ ਤਰ੍ਹਾਂ ਦੀ ਨੈਗੇਟਿਵਿਟੀ ਨਾ ਫਲਾਓ ਇਹ ਲਾਸਟ ਜੰਗ ਆ ਸਾਡੀ ਜੇ ਅਸੀਂ ਇੱਥੋਂ ਹਰ ਗਏ ਤਾਂ ਇਸ ਤੋਂ ਬਾਅਦ ਜੋ ਮਰਜ਼ੀ ਕਰੀ ਜਾਓ ਜੋ ਮਰਜ਼ੀ ਸੋਚੀ ਜਾਓ ਇਹ ਦੁਬਾਰਾ ਅਸੀਂ ਕਾਮਯਾਬ ਨਹੀਂ ਹੋ ਸਕਦੇ ਨਾ ਹੀ ਅਸੀਂ ਇਸ ਤਰ੍ਹਾਂ ਐਡੇ ਵੱਡੇ ਪੱਧਰ ਤੇ ਅਸੀਂ ਇਕੱਠੇ ਹੋ ਸਕਦੇ ਹਾਂ ਤੇ ਜੀ ਮੇਰੇ ਭਰਾ ਨਾ ਜਿਹੜੇ ਫਿਲਾਸਫਰ ਆ ਫੇਸਬੁਕ ਈਏ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਉਹ ਸਿਰਫ ਆਪਦੀ ਫਿਲਾਸਫੀ ਨੂੰ ਆਪਾਂ ਕਹਿੰਦੇ ਆਂ ਵੀ ਅੱਗੇ ਰੱਖਣ ਦੇ ਲਈ ਆਪਦੇ ਆਪ ਨੂੰ ਫਿਲਾਸਫਰ ਕਹਾਉਣ ਦੇ ਲਈ ਉਹ ਪਤਾ ਕੀ ਗੱਲ ਆ ਉਹ ਆਪਣੇ ਇਸ ਘੋਲ ਨੂੰ ਹੀ ਆਪਦੇ ਬੰਦੇ ਆਪਦੇ ਹੀ ਉਹ ਜ਼ਮੀਨਾਂ ਵਾਲੇ ਆ ਤਾਂ ਉਹ ਵਸ ਆਪ ਦੀ ਇੱਕ ਫਲਸਫੀ ਜੀ ਵੀ ਹਾਂ ਵੀ ਇਹ ਵੇਖ ਜਾਣਗੇ ਮੜ ਕੇ ਉਹ ਚਲਾ ਦਿੰਦੇ ਆ ਮੜ ਕੇ ਜੋ ਚੈਨਲ ਗੋਦੀ মিডিਆ ਦਾ ਸਾਡਾ ਸਾਥ ਦੇ ਹੀ ਨਹੀਂ ਰਿਹਾ ਗੋਦੀ মিডিਆ ਤਾਂ ਇਸ ਟਾਈਮ ਸਾਥ ਦੇ ਹੀ ਨਹੀਂ ਰਿਹਾ ਉਹਨਾਂ ਦੇ ਵਿੱਚੋਂ ਸਾਡੇ ਅੱਧੇ ਲੋਕ ਸਾਡੇ ਆਪ ਦੇ ਜਿਹੜੇ ਫਲਸਫਰ ਉਹ ਕਹਿੰਦੇ ਵੀ ਹਾਂ ਵੀ ਐਦਾਂ ਕਰਕੇ ਕੋਈ ਇਸ ਤਰ੍ਹਾਂ ਟੁੱਟੀ ਜੀ ਪੋਸਟ ਪਾਤੀ ਤੜਕਨਵਾ ਤੁਹਾਨੂੰ ਕਿਹਾ ਸੀ ਨਾ ਆਮੀ ਆਮ ਜੀ ਆਪਦੀ ਹਵਾ ਬਣਾਉਣ ਦੇ ਲਈ ਮੈਨੂੰ ਤਾਂ ਪਹਿਲੇ ਹੀ ਪਤਾ ਲੱਗ ਗਿਆ ਸੀ ਵੀ ਇਹ ਵਾਕੇ ਜਾਣਗੇ ਇਹ ਐ ਹੋ ਜੂਗਾ ਕੋਈ ਇੱਕ ਬੰਦਾ ਕਹਦੇ ਯਾਰ ਪ੍ਰੂਫ ਦੇ ਦੇ ਉਹ ਬੰਦੇ ਅੱਧੀਆਂ ਜਿਹੜੀਆਂ ਜੱਥੇਬੰਦੀਆਂ ਸਦੀਆਂ ਸੀ ਉਹ اٹਕੇ ਆਈਆਂ ਉੱਥੋਂ ਯਾਰ ਉਹ 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 ਨਹੀਂ ਤੁਸੀਂ ਯਾਰ ਉਹ ਨਹੀਂ ਗੱਲ ਫਣਾ ਸਕਦੇ ਵੀ ਸਾਡੇ ਵਾਲੇ ਉੱਠ ਵੀ ਉੱਠ ਕੇ ਵੀ ਆਏ ਆ ਉੱਥੋਂ ਯਾਰ ਕਿਉਂ ਤੁਸੀਂ ਆਪਾਂ ਯਾਰ ਇੰਨਾ ਵਧੀਆ ਆਪਣਾ ਸੰਘਰਸ਼ ਚੱਲ ਰਿਹਾ ਕਿਉਂ ਜਲੂਸ ਕੱਢਣ ਲੱਗੇ ਹੋਏ ਆਪਦੇ ਬੰਦੇ ਯਾਰ ਕਿਉਂ ਯਾਰ ਭਾਈ ਯਾਰ ਕਿਹੜੀ ਗੱਲ ਦੇ ਪਿੱਛੇ ਤੁਸੀਂ ਲੱਗੇ ਹੋ ਯਾਰ ਜਾਂ ਲੀਡਰਾਂ ਦੇ ਚਮਚੇ ਆ ਜਾਂ ਤੁਸੀਂ ਕਿਸੇ ਹੋਰ ਦੇ ਮੈਂ ਕੱਲ ਇੱਕ ਬੇਨਤੀ ਕੀਤੀ ਸੀ ਵੀ ਯਾਰ ਇਹ ਸੰਘਰਸ਼ਾ ਨਾ ਜਿਹੜਾ ਇਹਦਾ ਇਤਿਹਾਸ ਜਿਹੜਾ ਇਹ ਜਿਹੜਾ ਸਨਹਿਰੀ ਅੱਖਰਾਂ ਦੇ ਨਾਲ ਉਹ ਪਰਮਾਤਮਾ ਲਿਖ ਰਿਹਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਲਿਖ ਰਿਹਾ ਜਿਹੜਾ ਬੰਦਾ ਵੀ ਇਸ ਸੰਘਰਸ਼ ਖਿਲਾਫ ਇੱਕ ਗਲਤ ਪੋਸਟ ਵੀ ਪਾਉਂਦਾ ਜਾਂ ਇੱਕ ਗਲਤ ਕਮੈਂਟ ਵੀ ਕਰਦਾ ਉਹ ਬਖਸ਼ਿਆ ਨਹੀਂ ਜਾਣਾ ਮੈਂ ਨਹੀਂ ਕਹਦਾ ਕਿ ਕੋ ਕਹਾਂਗੇ ਉਹ ਪਰਮਾਤਮਾ ਨੇ ਨਾ ਉਹਨੂੰ ਬਖਸ਼ਣਾ ਨਹੀਂਗਾ ਇਹ ਉਹ ਸੱਚ ਹੱਕ ਦੀ ਲੜਾਈ ਚੱਲ ਰਹੀ ਆ ਉਹ ਪਰਮਾਤਮਾ ਨੇ ਉਹ ਬੰਦੇ ਨੂੰ ਬਖਸ਼ਣਾ ਨਹੀਂ ਜਿਹੜਾ ਨੈਗੇਟਿਵਿਟੀ ਫਲਾਊਗਾ ਇਸ ਜਿਹੜਾ ਉਹ ਆਪਾਂ ਕਹਿੰਦੇ ਨੇ ਵੀ ਮੋਰਚੇ ਦੇ ਪ੍ਰਤੀ ਚਾਹੇ ਉਹ ਮੋਦੀ ਕੇ ਆਗੋਦੀ ਕੇ ਆਗੋਦੀ ਮੀਡੀਆ ਇਹਨਾਂ ਨਾਲ ਤਾਂ ਪੈੜੀ ਹੋਣੀ ਹੋਣੀ ਆ ਤਾਂ ਤੁਸੀਂ ਆਪ ਦਾ ਮੇਰਾ ਵੀਰ ਵਿਚਾਰ ਰੱਖੋ ਇਹ ਨਾ ਹੋਵੇ ਕਿਤੇ ਪਾਪਾਂ ਵਾਲੀ ਲਾਈਨ 'ਚ ਇਹ ਨਾ ਹੋਵੇ ਕਿਤੇ ਮੋਦੀ ਕੈਲੀ ਲਾਈਨ 'ਚ ਤੁਹਾਡਾ ਵੀ ਨਾ ਜਿਹੜਾ ਪਰਮਾਤਮਾ ਦੀ ਲਿਸਟ ਦੇ ਵਿੱਚ ਆ ਜੇ ਜਿਹੜੇ ਫਿਲਾਸਫਰ ਬਣਦੇ ਆ ਵੀ ਹਾਂ ਵੀ ਸਾਨੂੰ ਤਾਂ ਪਹਿਲਾਂ ਪਤਾ ਸੀ ਐਵੇਂ ਹੀ ਕਹੀ ਜਾਂਦੇ ਆ ਹੁਣ ਕਈ ਕਹੀ ਜਾਂਦੇ ਆ ਪਿੰਡ ਆ ਵਾਹ ਫਲਾਈ ਜਾਂਦੇ ਆ ਉੱਥੇ ਦਾ ਫੌਜਲਾ ਤੀ ਉੱਥੇ ਦਾ ਪੁਲਿਸਲਾ ਤੀ ਯਾਰ ਸਾਨੂੰ 13 13 ਤੇ 14 14 ਦਿਨ ਹੋ ਗਏ ਯਾਰ ਬੈਠਿਆਂ ਨੂੰ ਸਾਡੇ ਦਾ ਗੋਲੀ ਕਿਸ ਨੇ ਮਾਰੀ ਨਹੀਂ ਆ ਜਿਹੜਾ ਕੱਲ ਚੰਡੀਗੜ੍ਹ ਹੋਇਆ ਸਾਡੇ ਮੁੰਡੇ ਕੁੜੀਆਂ ਨੇ ਰੋਸ ਕੀਤਾ ਉਹ ਵੀ ਜਾਣ ਬੁੱਝ ਕੇ ਤਾਂ ਦਲਿਆਂ ਨੇ ਚੰਡੀਗੜ੍ਹ ਪੁਲਿਸ ਨੇ ਜਾਣ ਬੁੱਝ ਕੇ ਜਿਹੜਾ ਉੱਥੇ ਉਹਨਾਂ ਤੇ ਲਾਠੀ ਚਾਰਜ ਕੀਤਾ ਵੀ ਲੋਕਾਂ ਤੇ ਜਿਹੜਾ ਗਲਤ ਇੰਪ੍ਰੈਸ਼ਨ ਜਾਵੇ ਲੋਕਾਂ 'ਚ ਗਲਤ ਜਿਹੜਾ ਇਸ ਚੀਜ਼ ਦਾ ਮੈਸੇਜ ਆਵੇ ਯਾਰ ਮੈਂ ਤਾਂ ਇੱਕੋ ਗੱਲ ਹੀ ਕਹਿਣਾ ਇੱਕੋ ਗੱਲ ਤੇ ਪਹਿਰਾ ਦੇਣਾ ਡਟੇ ਸੀ ਡਟੇ ਹਾਂ ਤੇ ਡਟੇ ਰਹਾਂਗੇ ਅਖੀਰਲੇ ਦਮ ਤੱਕ ਜਿੰਨਾ ਟਾਈਮ ਸਾਨੂੰ ਜਥੇਬੰਦੀਆਂ ਨਹੀਂ ਕਹਿੰਦੀਆਂ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਉੱਥੇ ਆ ਕੁਛ ਹੋ ਜੂ ਉੱਥੇ ਆ ਕੁਛ ਹੋ ਜੂ ਡੱਕਾ ਨਹੀਂ ਹੁੰਦਾ 30 ਜਥੇਬੰਦੀਆਂ 'ਚ ਸਾਨੂੰ ਵਿਸ਼ਵਾਸ ਬਣਾ ਕੇ ਇੱਥੇ ਲੈ ਕੇ ਆਈਆਂ ਹੋਈਆਂ ਨੇ ਜੇ ਉਹਨਾਂ ਨੂੰ ਲੱਗੂਗਾ ਨਾ ਵੀ ਅੱਜ ਬਗਾਨੇ ਪੁੱਤਾਂ ਦੇ ਜਿਹੜੀ ਕੋਈ ਆਂਚ ਆਉਣ ਦੀ ਪ੍ਰੋਬਲਮ ਆ ਰਹੀ ਆ ਜਾਂ ਆਪਾਂ ਕਹ ਲਈਏ ਵੀ ਬਗਾਨੇ ਪੁੱਤਾਂ ਦੀ ਕਿਸੇ ਦੀ ਜਾਨ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਆਪਾਂ ਕਹ ਲਈਏ ਵੀ ਅਟੈਕ ਸਭ ਤੋਂ ਪਹਿਲਾਂ ਖਬਰ ਜਿਹੜੀ ਆ ਜਥੇਬੰਦੀਆਂ ਨੂੰ ਆਉਣੀ ਆ ਉਹ ਮੈਨੂੰ ਇੰਨਾ ਕ ਵਿਸ਼ਵਾਸ ਆ ਉਹਨਾਂ ਜਥੇਬੰਦੀਆਂ ਤੇ ਸਾਨੂੰ ਸਾਰਿਆਂ ਨੂੰ ਅਸੀਂ ਜਿਹੜੇ ਇੱਥੇ ਆਪਾਂ ਭਰਾ ਆ ਗਏ ਆ ਇੰਨਾ ਕ ਆਪਣਾ ਵਿਸ਼ਵਾਸ ਆ ਯਾਰ ਉਹ ਸਾਨੂੰ ਪਹਿਲਾਂ ਦੱਸਣਗੇ ਵੀ ਭਾਈ ਆਹ ਕੰਮ ਹੋਣ ਲੱਗਿਆ ਤੁਸੀਂ ਜੇ ਆਪਦਾ ਬੈਕ ਮੋੜਨਾ ਤਾਂ ਬੈਕ ਮੋੜ ਸਕੋ ਮੋੜ ਸਕਦੇ ਹੋ ਤੇ ਨਹੀਂ ਇੱਥੇ ਡਟਣਾ ਤਾਂ ਡਟ ਸਕਦੇ ਹੋ ਐਵੀਂ ਨੈਗੇਟਿਵਿਟੀ ਫਲਾਈ ਜਾਣੀ Красный